ਵਿਦੇਸ਼ਾਂ ਦੇ ਵਿੱਚ ਵਸਦਾ ਭਾਰਤੀ ਭਾਈਚਾਰਾ ਅੱਜ ਦਿਨ ਬੁਲੰਦੀਆਂ ਨੂੰ ਛੂ ਰਿਹਾ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਿਹਾ। ਇਸੇ ਤਰ੍ਹਾਂ ਕਰ ਦਿਖਾਇਆ ਹੈ ਇਟਲੀ ਦੇ ਮਾਨਤਾਵਾਦੀ ਨਿਸ਼ਾ ਠਾਕੁਰ ਨੇ, ਜਿਸ ਨੇ ਮਾਨਤਾਵਾਦੀ ਕਸਬਾ ਪੋਜੀ ਰੋਸਕੋ ਦੀ ਕਮਿਊਨ ਦੇ ਮੈਂਬਰ ਦੀ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਪੰਜਾਬ ਦੇ ਪਿੰਡ ਦੋਗਾ ਜ਼ਿਲ੍ਹਾ ਮੋਹਾਲੀ ਦੇ ਨਾਲ ਸੰਬੰਧਿਤ ਨਿਸ਼ਾ ਠਾਕੁਰ, ਜੋ ਕਿ ਪਿਛਲੇ 16 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਮਾਨਤਾਵਾ ਦੇ ਕਸਬਾ ਪੋਜੀ ਰੋਸਕੋ ਵਿੱਚ ਰਹਿ ਰਹੀ ਹੈ। ਉਸ ਨੇ ਬਾਇਓਮੈਡੀਕਲ ਦੀ ਡਿਗਰੀ ਸਵਾਂਕਾ ਦੇ ਨਾਲ ਪ੍ਰਾਪਤ ਕੀਤੀ ਹੈ ਅਤੇ ਹੁਣ ਮੈਡੀਕਲ ਬਾਇਓਟੈਕਨੋਲੋਜੀ ਦੀ ਡਿਗਰੀ ਫਰਾਰਾ ਯੂਨੀਵਰਸਿਟੀ ਤੋਂ ਕਰ ਰਹੀ ਹੈ। ਨਿਸ਼ਾ ਠਾਕੁਰ, ਜੋ ਕਿ ਮਲਟੀਨੈਸ਼ਨਲ ਬਾਇਓਮੈਡੀਕਲ ਕੰਪਨੀ ਵਿੱਚ ਨੌਕਰੀ ਕਰਦੀ ਹੈ ਅਤੇ ਪਿਛਲੇ 7 ਸਾਲਾਂ ਤੋਂ ਪੋਜੀ ਰੋਸਕੋ ਵਿੱਚ ਹੀ ਅਲੱਗ ਅਲੱਗ ਸਮਾਜਿਕ ਸੰਸਥਾਵਾਂ ਦੇ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ। ਕਮੂਨੇ ਦੇ ਮੈਂਬਰ ਦੀ ਚੋਣ ਜਿੱਤਣ ਤੋਂ ਬਾਅਦ ਨਿਸ਼ਾ ਠਾਕੁਰ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਟਲੀ ਵਿੱਚ ਵੱਧ ਤੋਂ ਵੱਧ ਪੜ੍ਹ ਲਿਖ ਕੇ ਅਤੇ ਮਿਹਨਤ ਕਰਕੇ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਜੋ ਆਪਣੇ ਦੇਸ਼ ਅਤੇ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਦੀ ਸਰਕਾਰੀ ਦਰਬਾਰੇ ਹੋ ਰਹੀ ਸ਼ਮੂਲੀਅਤ ਭਾਰਤੀ ਕੰਮ ਦੇ ਸ਼ੋਸ਼ਣ ਨੂੰ ਵੀ ਠੱਲ ਪਾਉਣ ਵਿੱਚ ਸਹਾਇਕ ਸਿੱਧ ਹੋਵੇਗੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਸ਼ਾ ਠਾਕੁਰ ਹੈ ਅਤੇ ਮੈਂ ਇੰਡੀਆ ਤੋਂ ਪਿੰਡ ਦੋਗਾ ਮੋਹਾਲੀ ਨੂੰ ਬਿਲੋਂਗ ਕਰਦੀ ਹਾਂ। ਮੈਂ ਇਟਲੀ ਵਿੱਚ 16 ਸਾਲਾਂ ਤੋਂ ਪਿੰਡ ਪੌਜੋ ਰੋਸਕੋ ਮੱਧ ਵਿੱਚ ਰਹਿੰਦੀ ਹਾਂ, ਜਿੱਥੇ ਮੈਂ ਸਰਪੰਚ ਦੀਆਂ ਵੋਟਾਂ ਦੌਰਾਨ ਕੌਂਸਲਰ ਦੀ ਸੀਟ 'ਤੇ ਜਿੱਤ ਪ੍ਰਾਪਤ ਕੀਤੀ ਹੈ। ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਅਵੇਅਰ ਹੋਵੋ ਅਤੇ ਅੱਗੇ ਵਧੋ। ਇੰਡੀਆ ਔਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਸ ਦੇਸ਼ ਦਾ ਨਾਮ ਰੌਸ਼ਨ ਕਰੋ। ਧੰਨਵਾਦ। ਆਵਾਜ਼ ਕੌਮ ਟੀਵੀ ਲਈ ਦਲਜੀਤ ਮੱਕੜ ਦੀ ਰਿਪੋਰਟ।